अस्सलाम वालेकुम काली जी, तबीयत से ठीक है? मैं मोहम्मद आदिल चौधरी पे यूट्यूब चैनल आदिल फान विवर 2024 दी सुबह 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 बखैर गुड मॉर्निंग विवर 2024 तो सारा विवरण मुबारक ते अल्लाह पाक तो सारा खुश रखे, अल्लाह पाक मैंने खुश रखे ते अल्लाह पाक हर मुसलमान दे नवे साल दे आवने च खुशियां दिखावे। ਤਾਂ ਵੀਰ ਮੈਂ ਸਵੇਰ ਸਵੇਰ ਉੱਠਾਂ ਔਰ ਅਲਹਮਦੁਲਿਲਾ ਧੁੰਦ ਬਹੁਤ ਹੀ ਕਾਫੀ ਘੱਟ ਧੁੰਦ ਹੈ, ਯਾਨੀ ਕਿ ਬਹੁਤ ਘੱਟ ਇਹ ਥੋੜ੍ਹੀ ਥੋੜ੍ਹੀ ਅੱਗੇ ਤਾਂ ਇਹ ਸਾਈਡ ਬਿਲਕੁਲ ਹੀ ਨਜ਼ਰ ਨਾ ਆਉਂਦੀ। ਹੁਣ ਤਾਂ ਮਾਸ਼ਾਅੱਲਾ ਸਾਹਮਣੇ ਵਾਲੇ ਮੌਚ ਹਾਊਸ ਵਗੈਰਾ ਜਿਹੜਾ ਸਾਹਮਣੇ ਦੇਖਾ ਖਲਿਆ ਸਾਰਾ ਨਜ਼ਰ ਆਉਂਦਾ ਪਿਆ, ਅੱਜ ਧੁੰਦ ਇਤਨੀ ਜ਼ਿਆਦਾ ਹੈ। ਤਾਂ ਅੱਜ ਸਵੇਰ ਸਵੇਰ ਇਬਤਦਾ ਕਰਦੇ ਪਿਆ ਆਪਣੀ 2024 ਦੀ ਵੀਡੀਓ ਤੋਂ। ਅੱਲਾਹ ਪਾਕ ਖੈਰ ਕਰੇ, ਅੱਲਾਹ ਪਾਕ 2023 ਅਲਹਮਦੁਲਿਲਾ ਚੰਗਾ ਗੁਜ਼ਰ ਗਿਆ ਅਤੇ ਹੁਣ 2024 ਆ ਗਿਆ, ਅੱਲਾਹ ਪਾਕ ਖੈਰ ਕਰੇ ਸੀ, ਅੱਲਾਹ ਪਾਕ ਸਾਰਿਆਂ ਨੂੰ ਭਰਾਵਾਂ ਭੈਣਾਂ ਨੂੰ ਖੁਸ਼ ਰੱਖੇ। ਤੁਸੀਂ ਦੁਆ ਕੀਤੀ ਕਰੋ ਸਾਰੇ ਵਿਵਰ, ਅੱਲਾਹ ਪਾਕ ਮੈਨੂੰ ਕਾਮਯਾਬੀ ਦੇਵੇ। ਅਤੇ ਹੁਣ ਮੈਂ ਆਪਣੇ ਘਰ ਅਤੇ ਇਨਸ਼ਾਅੱਲਾ ਅੱਜ ਜਿਹੜੀ ਮਾਹੌਲ ਰੂਟੀਨ ਉਸ ਤੁਹਾਨੂੰ ਨਾਲ ਵਿਵਰਾਂ ਨਾਲ ਸ਼ੇਅਰ ਕਰਸਾਂ। ਗੁੱਡ ਵਿਵਰ ਗਾਂਝਿਆਂ ਦੇ ਕੰਮ ਚੱਕ ਕਰੋ, ਖਰਾਣੀ 'ਚ ਵੜੀ ਖਲੀ ਜਾਣਾ ਕੋਈ ਕੰਮ ਨਾ ਕਰ, ਇਹਨੇ ਆਪਣੇ ਖਾਵਣ ਨਾਲ ਜਹਾਦ ਉੱਤੇ। ਹੁਣ ਵੀਰ ਇੱਥੋਂ ਅੱਲਾ ਨਾ ਕਰੇ ਇਹਨੂੰ ਕੋਈ ਅੜੰਗਾ ਆਉਂਦਾ ਤਾਂ ਤਲੇ ਵੀ ਡਾ ਸਕਦੇ, ਨੁਕਸਾਨ ਥੇ ਸਕਦੇ। ਹਾਲ ਨਾ ਮੇਰੀ ਕੁੱਕੜੀ ਨੇ ਨਾ ਅੰਡਾ ਕੋਈ ਨਹੀਂ ਦਿੱਤਾ, ਤਾਂ ਅੱਜ ਉੱਦਾਂ ਹੀ ਪਤਾ ਕਰੇ ਨੇ ਉਸ ਅੰਡਾ ਕੱਲ੍ਹ ਕਿਉਂ ਨਹੀਂ ਦਿੱਤਾ, ਅਤੇ ਕੱਲ੍ਹ ਅੱਲਾ ਕਰੇ ਅੱਜ ਦਿੱਤਾ ਹੋਵੇ ਸ਼ਾਇਦ। ਮੈਂ ਸੁਬਹ ਸੁਬਹ ਆਪਣੀ ਕੁੱਕੜੀ ਕੱਢ ਕੇ ਅਤੇ ਇਸ ਕਮਰੇ ਡੱਕੀ ਹੋ ਜੇ ਅਤੇ ਹੁਣ ਦੇਖਦੇ ਹਾਂ। ਹਾਂ ਤਾਂ ਤੂੰ ਵਿਹਲੀ ਫਿਰਦੀ ਵਧੀ ਨਾ, ਤਾਂ ਕੋਈ 2024 ਸਾਨੂੰ ਕਾਰਨਾਮਾ ਦਿਖਾਇਆ, ਤੂੰ ਇੰਨੇ ਵਿਹਲੀ ਵਧੀ ਤਾਂ ਕੋਈ ਸਾਨੂੰ ਅੰਡੇ ਛੰਡੇ ਦਿਖਾ। ਵੀਰ ਇਹਦੀ ਪੱਕੀ ਜਾ ਹੈ ਅੰਡਿਆਂ ਦੀ, ਮੈਂ ਉਸ ਹੱਥ ਖਾਣਾ ਡੇਠਾ ਕੋਈ ਨਹੀਂ ਤਾਂ ਪਹਿਲੇ ਇਸ ਨੂੰ ਸਮਝਾਉਂਦਾ ਪਿਆ, ਨਾ ਤਾਂ ਬਾਹਰ ਨਿਕਲਣਾ ਨਾ ਤਾਂ ਫਿਰਨਾ, ਕੱਲ੍ਹ ਹੀ ਤਾਂ ਅੰਡਾ ਕੋਈ ਨਹੀਂ ਦਿੱਤਾ। ਸੁਣਦੀ ਭੈਣ ਹੱਟ ਬਾਹਰ ਟੁਰ ਫਿਰ ਰੈਸਟ ਕਰ। ਅਤੇ ਹੁਣ ਓ ਹੋ ਵੀਰ ਅੰਡਾ ਗੁੱਡ ਗੁੱਡ। ਹੁਣ ਮੇਰੇ ਭਰਾ ਦੇ ਕੰਮ ਚੈੱਕ ਕਰੋ, ਇਹਨੂੰ ਹੁਣ ਤੰਗ ਕਰੇ ਇੱਥੇ, ਇਹ ਇਹਦੀ ਸਿਆਣੀ ਇਹ ਲੁਗੀ ਨਾ ਪੀਸੀ, ਇਹ ਸਿਲ ਕੁੱਕੜ ਹੈ ਨਾ। 2024 ਮੇਰੀ ਕੁੱਕੜ ਅੰਡਾ ਦਿੱਤਾ ਹੈ, 2023 ਦੇ ਵਿੱਚ ਕੋਈ ਨਹੀਂ ਦਿੱਤਾ, ਆਖਰੀ ਦਿਹਾੜੀ 31 ਜਨਵਰੀ ਹੈ। ਵਰ ਇਹ ਦੇਖੋ ਵੀਰ ਮੇਰੀ ਕੁੱਕੜੀ ਨੇ ਅੰਡਾ ਦੇ ਦਿੱਤਾ ਹੈ, ਕੱਲ੍ਹ ਭਾਈ ਕੋਨਾ ਆਈ ਕੁੱਕੜੀ ਅੰਡਾ ਦਿੱਤਾ ਅੱਜ ਦੇ ਦਿੱਤਾ ਭਾਈ, ਉਸ ਇਹ ਸੋਚੋ ਸੀ ਨਾ ਡਾਇਰੈਕਟ 2024 'ਚ ਖੁਸ਼ੀਆਂ ਦਿੱਤਾ, ਖੁਸ਼ੀ ਦਿੱਤਾ ਪਹਿਲੀ ਦਿਹਾੜ ਪਹਿਲੀ ਡੇਟ 2023 'ਚ ਕੱਲ੍ਹ ਅੰਡਾ ਨਾ ਦਿੰਦੀ ਸ਼ਾਇਦ ਇਹ ਸੋਚੋ ਹੋਵੇ। ਓਏ ਹੋਏ ਹੋਏ ਡਾਂਦੇ ਵਧੀਆ, ਦੇਖੋ ਵੀਰ ਇਤਨੀ ਜ਼ਿਆਦਾ ਠੰਡ ਹੈ ਨਾ ਕਿ ਪੁੱਛ ਨਹੀਂ ਹਾਲ ਸਾਡੇ। ਉਹ ਅੱਗੂ ਕੱਟੋ ਭਾਈ ਬਿਲਾਲ ਚਾਹੀ ਖੜੇ ਨਾ, ਅਤੇ ਪਿੱਛੋਂ ਕਹੀ ਵਗੈਰਾ ਮੈਂ ਚਾਹੀ ਖੜੇ ਨਾ, ਅਤੇ ਝੁੱਲ ਇਹ ਆਪਣੀ ਕਣਕ ਨੂੰ, ਕੱਲ੍ਹ ਸਾਡਾ ਪਾਣੀ ਹੈ ਸੁਬਾ ਨਾਲ ਧੁੰਦ ਦੇ ਵਿੱਚ ਸਾਡਾ ਪਾਣੀ ਹੈ ਵੱਲੇ ਨਾਲ, ਤਾਂ ਵੱਲੇ ਨਾਲ ਸਾਨੂੰ ਇਹਦੇ ਆਉਣਾ ਪਓ ਸੀ ਪਾਣੀ 'ਤੇ, ਅਤੇ ਖਾਦ ਖੰਡਾਵਣ ਵਾਸਤੇ ਹੁਣ ਰੂਹ ਨਹੀਂ ਥੀਂਦਾ, ਅਤੇ ਪਾਣੀ ਤਾਂ ਲਾਉਣਾ ਦੂਰ ਦੀ ਗੱਲ, ਨਾ ਪੁੱਛ ਹਾਲ ਸਾਡੇ ਉਹ ਹਾਲ ਸੋਹਣਾ, ਬਿਲਾਲੇ ਦੀ ਦਲੇਰੀਏ ਜਿਹੜਾ ਗੱਟੂ ਸਿਰ ਤੇ ਝਾਈ ਖੜੇਂਦਾ, ਨਾ ਪੁੱਛ ਗਰਮੀ ਤੂੰ ਹਾਲ ਸਾਡੇ। ਪਰ ਇਹ ਗੱਲ ਦੱਸਾਂ, ਅਸੀਂ ਜਿਹੜਾ ਕਨੋਲਾ ਲਾਇਆ ਹੋਈ ਨਾ ਉਹਨੂੰ ਬਸ ਪੱਟਾ ਤੇ ਕਣਕ ਰਾ ਲਾਇਆ, ਤੇ ਉਹਦਾ ਕੋਈ ਕੋਈ ਦਾਣੇ ਜਿਹੜੇ ਬਚ ਗਏ ਹਨ ਤੇ ਉਹ ਮਛਲੇ ਫੁੱਲ ਤਹਿ ਖਲੇ ਕਾਫੀ ਜ਼ਿਆਦਾ ਵਿੱਚ ਹਨ, ਲੇਕਿਨ ਸਭ ਤੋਂ ਜ਼ਿਆਦਾ ਵੱਡਾ ਇੱਥੇ ਖਲ ਹੈ। ਅਗਰ ਉਹ ਕਲੋਲਾ ਸਾਡਾ ਹੁਣ ਆਉਂਦਾ ਨਾ ਹੁਣ, ਤਾਂ ਮਾਸ਼ਾਅੱਲਾ ਇੱਥੇ ਜਿਤਨਾ ਫੁੱਲ ਚਾਹੀ ਖਲਾ ਹੋਇਆ, ਬਟ ਉਹ ਜਿਹੜਾ ਸਾ ਕਨੋਲਾ ਪੱਟਾ ਉਹਨੂੰ ਪੱਟ ਕੇ ਅਤੇ ਅਸਾਂ ਬਈ ਜਾਤ ਰਲਾਇਆ ਉਹ ਅੱਗੂ ਏ, ਉਹ ਮੈਂ ਤੁਹਾਨੂੰ ਕਹਿੰਦਾ ਉਹ ਬਹੁਤ ਛੋਟਾ ਕਨੋਲਾ ਹੈ। ਹਾਂ ਮਾਸ਼ਾਅੱਲਾ ਉਹ ਏ ਸਾਡਾ ਇਹ ਕਨੋਲਾ, ਇਹ ਹਾਲਾਂ ਕਾਫੀ ਬਹੁਤ ਛੋਟਾ, ਕਾਫੀ ਛੋਟਾ ਨਹੀਂ, ਅਗਰ ਉਸ ਟਾਈਮ ਤਾਂ ਇਹ ਇੰਨਾ ਰਹਿੰਦਾ ਨਾ ਘਾਟਾ ਘਾਟਾ ਤਾਂ ਫੁੱਲ ਚਾਹੀ ਖਲਾ ਹੋਇਆ, ਲੇਕਿਨ ਸਾਡੀ ਆਪਣੀ ਕਿਸਮਤ ਔਰ ਮਾਸ਼ਾਅੱਲਾ ਇਹ ਸਾਡੇ ਸਫੈਦੇ ਇੱਥੇ ਆਉਂਦੇ ਨੇ, ਇਹਨਾਂ ਨਾਲ ਸਾ ਪੱਟਾ ਆਏ ਨਾ ਅਤੇ ਹੁਣ ਛੋਟੇ ਛੋਟੇ ਥੇ ਲੱਗੇ ਆਉਂਦੇ ਨੇ, ਲੱਗੇ ਆਉਂਦੇ ਨੇ ਇਨਸ਼ਾਅੱਲਾ, ਇਹਨਾਂ ਦੀ ਮੌਸਮ ਆਉਂਦਾ ਹੋਏ 3 ਸਾਲਾਂ ਬਾਅਦ ਦਿਖਾਏ ਇਨਸ਼ਾਅੱਲਾ, ਅੱਲਾਹ ਪਾਕ ਦੇ ਕਰਮ ਦੇ ਫਦਲ ਨਾਲ ਇਸ ਜਿਤਨੇ ਇਸ ਨਾਲ ਮੋਟੇ ਹੋ, ਇਹ ਤਾਂ 1.5 ਸਾਲ ਦੇ ਵਿੱਚ ਨਾ ਤੁਸੀਂ ਦਿਖਾਏ ਵੀਰ ਇਨਸ਼ਾਅੱਲਾ ਮੋਟਾ ਥੀ ਵੈਸੇ, ਜਿਹੜੇ ਸਫੈਦ ਨੇ ਇਹਨਾਂ ਇਹਨਾਂ 3 ਸਾਲ ਮਿਆਦ ਆਉਂਦੀ ਹੈ ਵੱਡੇ ਥੀ ਹੋਣੇ, ਜਿਵੇਂ ਕਿ 3 ਸਾਲਾਂ 'ਚ ਵੱਡਾ ਥੀ ਮੈਂ ਤਾਂ ਸੁਬਹਾ ਸੁਬਹਾ ਸਾਡਾ ਪਾਣੀ ਹੈ ਨਾ ਤਾਂ ਪਹਿਲੇ ਐਡਵਾਂਸ ਖਾਦ ਲਾ ਕੇ ਨਾ ਤਾਂ ਕਿ ਸੁਬਹਾ ਔਖੇ ਨਾ ਤਿਵਾਵਾਂ, ਤਾਂ ਪਹਿਲੇ ਖਾਦ ਲਵਾਂ ਅਤੇ ਵਾ ਪਾਣੀ ਲਵਾਂ, ਅਤੇ ਪਾਣੀ ਦੀ ਸਪੀਡ ਜ਼ਿਆਦਾ ਹੁੰਦੀ ਹੈ ਤਾਂ ਇਸ ਮਰਾ ਸਾਖਾ ਪਹਿਲੇ ਖਾਦ ਲਾ ਗੰਨੇ ਅਤੇ
کل تو انشاءاللہ تھا پانی داری سا اے ترائی کلے ہن او سوری چار کلے ہن اس چھاتے کنک دے تے چار کلو اندہ ہک خات دا گٹو جڑا ہے نا او پانچ ہزار پہ دے تے ٹوٹل ساڑا چار کلو اندہ بھی ہزار ہے بھئی خرچہ ہے اے خالی ہک پانی چھ سات پانی لگ دے انہ دے چار پانی تے خات لگ دے تا آہاں ساڑے ٹوٹل الحمدللہ ساڑے آٹھ کلے کنک دے تے ڈیڑھ کلو کنولے دے تے تو صاف حساب لاکھنو اتنا خرچہ زیادہ ہے دیکھو پانچ ہزار نو اس زمین تے کھنڈاونا ہی نے سمجھو اے چھوڑ کھنڈاونا لے ویور میں اچھا تھے کنا ہی نے سمجھو تبے تے چڑھا کھلان دے میں آکھا اپنے ویورنا لاس پاس دے محول شہر کنا ماشاءاللہ بہت ہی خوبصورت اور اچھا ہوں دا پیا اتھو شروع کرنے نیا اے وان ٹو تری سٹارٹ اور سامنے بلال بھائی کھات کھنڈے اندہ ودہ بڑا ہی مزے دار فٹ ماحول ہے سارا پانی ہے نا اڈو نہر ہے وہ جڑے ساری والی نہر جڑے سارے گھر دے قریب ہے اڈو ہے پانی آندا 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 اتھوں انہیں موڑ کٹے ہیں اتھوں اگو انہیں ٹکی دینے ہیں جا اتھے آندا آندا ساری زمین کو پہنچ گئے میں نے سمجھو اتھوں دا ہوتا فاصلہ ہو سی اڈھائی تو ترائی کلومیٹر دا ہو سی آرے تو اتنی نہر دور ہے ویور آج ساری دہاڑ میں مصروف رہے ہیں تو ویلوگ کمپلیٹ نہ کر سکا تو میں آکھا اپنی ویور نال دوترا گلن کرن چاہ ویور اساں کھاد وغیرہ کھنڈا کے تے واپس آ گیا سے تے صبح صبح ساڈا پانی انشاءاللہ ہن صبح انشاءاللہ مل سی ویور اکثر میں یوٹیوب تلے بھائی کمنٹ کیتی پے ہوندے کہ یار تو اپنا نمبر نہیں دیندا تو سٹار مان چکا ہے یار ہن ڈاکومنٹ یوٹیوب والے کمنٹ اچ کون نمبر دیندا ہے تے ویسے الحمدللہ سٹار ہاں تے سٹار انشاءاللہ بن ویسا ہن دے وچ کھلو کے تے تھارے واسطے ویڈیو بنائیں دا کھنا تے میں انہاں بھائیاں دا شکریہ ادا کرے سن جڑے میرے ویور میری ویڈیو واچ کریں دن تا انہاں دا میں دل دی گہرائیاں تو شکر ادا کر شکریہ ادا کرنا کو میری ویڈیو واچ کریں دن تھینک یو بھائی ویور ماشاءاللہ آج ویسے میں یہ گل ہی کرنے کہ آج 2024 دا پہلا دہاڑا آئی پہلا مہینہ آئی تے جنوری دا مہینہ آئی تا ماشاءاللہ اے ایک انگریزی سال ہے تے جڑا اصل سال اسلامی سال شروع تھیندا او محرم الحرام تو شروع تھیندا تا اے ایک انگریزی سال شروع تھی آئی ویور میں دل تھے کلائی 2024 آ چکا ہے تو میں دل تھے کہ میں اپنے ویوراں ایک شاعر سنا دے وہاں خود کو بدلنا سیکھو سال تو ہر سال بدل جاتا ہے اور تھانے میرا شعر چنگا لگا ویور اے سال دی میں تھوان دعا دینا پیا تو سا میں نے دعا دی وائے تے اللہ پاک تھوان سارا خوش رکھے تے اللہ پاک تھوان ہی کامیاب کرے تو میرے واسطے دعا کرائے اللہ پاک میں نے کامیاب کرے تے تھوان ویوراں دی میرے نال دعاواں ہو سن تے انشاءاللہ میری دعاواں تھوان نال ہو سن تے تو سا میرے واسطے لازمی دعا کرنی اللہ پاک اس سال وچ میں کامیاب کرے اور اللہ پاک تو سا جڑی اپنی محنت کرن دے وجہ اللہ پاک تھوان اس سال وچ کامیاب کرے تے تو سا سارے سارے ویوراں میں دعاواں وچ یاد رکھنا اور دل دی دعاواں وچ یاد رکھنا انشاءاللہ میں وی تھوان اپنی دعا میں یاد رکھے سا ویور ایک ہور شعر ہے دو شعر ہیں ایک اے شعر ہے تے ایک بھی ہے پہلے میں تھن او شعر سنا گنا تے وتھن اے شعر سنا تا اے بڑا قیمتی شعر ہے او شعر نال اے قیمتی شعر ہے ویور او جڑا شعر ا دا پیا نا پہلے اے شعر نال اگلا شعر خاص ہے تے اے شعر ہے بھروسہ رب دی ذات تے کرو جے لوگ چھوڑ ویندن جا توڑ ویندن تے اگلا جوجا جڑا شعر ہے او شعر ہے کوئی کوٹھا نہیں چوندا بندہ جان کے نہیں رہا اتنا ہی ولاگ دہن کرنے اگلی ویڈیو دیکھنے کے لیے تب تک حافظ